ਗੁਰਦਾਸਪੁਰ ਤੋਂ ਬੀਜੇਪੀ ਦੇ ਸਾਂਸਦ ਵਿਨੋਦ ਖੰਨਾ ਅੱਜ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਉਹਨਾਂ ਦੇ ਵਿਕਾਸ ਕਾਰਜਾਂ ਨੂੰ ਅਤੇ ਉਹਨਾਂ ਦੀਆਂ ਗੱਲਾਂ ਨੂੰ ਯਾਦ ਕਰਕੇ ਸਿਆਸਤਦਾਨ ਅਤੇ ਆਮ ਲੋਕ ਇਸ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸ ਰਹੇ ਨੇ ਦੱਸ ਦਈਏ ਕਿ ਗੁਰਦਾਸਪੁਰ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਇਹ ਕਿਹਾ ਕਿ ਵਿਨੋਦ ਖੰਨਾ ਅਕਸਰ ਆਪਣੀਆਂ ਗੱਲਾਂ ਵਿੱਚ ਇਹ ਜ਼ਿਕਰ ਕਰਦੇ ਸਨ ਕਿ ਗੁਰਦਾਸਪੁਰ ਉਹਨਾਂ ਦੇ ਬੱਚਿਆਂ ਵਾਂਗ ਹੈ ਉਹ ਇਸ ਹਲਕੇ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੇ ਨੇ ਅਤੇ ਇਸੇ ਕਰਕੇ ਵੱਡੇ ਪੱਧਰ 'ਤੇ ਇੱਥੇ ਵਿਕਾਸ ਕਾਰਜਾਂ ਦੇ ਲਈ ਉਹ ਵੱਧ ਚੜ੍ਹ ਕੇ ਅੱਗੇ ਆਉਂਦੇ ਨੇ ਦੱਸ ਦਈਏ ਕਿ ਇਸ ਦੇ ਨਾਲ ਹੀ ਹੋਰਨਾਂ ਸਿਆਸਤਦਾਨਾਂ ਨੇ ਵੀ ਵੱਡੇ ਸੋਗ ਦਾ ਪ੍ਰਗਟਾਵਾ ਕੀਤਾ ਵਿਨੋਦ ਖੰਨਾ ਜੀ ਹਮਾਰੇ ਬਹੁਤ ਹੀ ਲੋਕਪ੍ਰਿਯ ਨੇਤਾ ਦੇ ਉਹ ਗੁਰਦਾਸਪੁਰ ਸੇ 4 ਵਾਰ ਸਾਂਸਦ ਰਹੇ ਹੈ ਉਨਕਾ ਜਾਣਾ ਫਿਲਮ ਇੰਡਸਟਰੀ ਕੇ ਸਾਥ ਸਾਥ ਹਮਾਰੀ ਭਾਰਤੀ ਜਨਤਾ ਪਾਰਟੀ ਔਰ ਗੁਰਦਾਸਪੁਰ ਖਾਸਕਰ ਗੁਰਦਾਸਪੁਰ ਜ਼ਿਲ੍ਹੇ ਕੇ ਲਈ ਬਹੁਤ ਬੜੀ ਛਤੀ ਹੈ ਜਿਸੇ ਕਭੀ ਪੂਰਾ ਨਹੀਂ ਕੀਆ ਜਾ ਸਕਤਾ ਉਹ ਇਤਨੀ ਅਮਿੱਟ ਯਾਦੇ ਛੋੜ ਗਏ ਹੈ ਕਿ ਹਮ ਲੋਕ ਉਨਕੋ ਬਹੁਤ ਯਾਦ ਕਰੇਂਗੇ ਅੱਜ ਮੇਰੇ ਕੋ ਐਸਾ ਲੱਗ ਰਿਹਾ ਬਈ ਪੂਰੇ ਦੇਸ਼ ਨੇ ਇੱਕ ਅਭਿਨੇਤਾ ਤੋਂ ਖੋਇਆ ਹੀ ਹੈ ਲੇਕਿਨ ਇਸ ਕੇ ਸਾਥ ਸਾਥ ਇੱਕ ਐਸਾ ਰਾਜਨੇਤਾ ਖੋਇਆ ਹੈ ਜਿਸ ਨੇ ਜਬ ਜਬ ਉਹ ਮੈਂਬਰ ਪਾਰਲੀਮੈਂਟ ਬਣੇ ਹੈ ਜਬ ਜਬ ਉਹਨਾਂ ਨੇ ਲੋਕੋਂ ਕੀ ਸੇਵਾ ਕਰਨੇ ਕੇ ਲੀਏ ਇਲੈਕਸ਼ਨ ਰਾਜਨੀਤੀ ਮੇਂ ਆਏ ਹੈ ਹਰ ਵਕਤ ਕੋਸ਼ਿਸ਼ ਕੀ ਹੈ ਵੀ ਉਹ ਗਰੀਬੋਂ ਕੇ ਸਹਾਇਕ ਬਣੇ ਸਭ ਲੋਕੋਂ ਕਾ ਕਾਮ ਹੋ ਸਕੇ ਔਰ ਹਮੇਸ਼ਾ ਇੱਕ ਪੀੜਾ ਲੈ ਕੇ ਉਹਨਾਂ ਨੇ ਕਾਮ ਕੀਆ 4 ਵਾਰ ਉਹ ਯਹਾਂ ਸੇ ਗੁਰਦਾਸਪੁਰ ਸੇ ਉਹ ਵਿਧਾਇਕ ਰਹੇ ਹੈ ਆਪਣੇ ਸਾਂਸਦ ਰਹੇ ਹੈ ਔਰ ਸਾਂਸਦ ਕੇ ਸਮੇਂ ਮੈਂ ਕਹਿ ਸਕਦਾ ਹੂੰ ਬਈ ਐਸੇ ਭਾਵੁਕ ਵਿਅਕਤੀ ਮੈਂ ਸ਼ਾਇਦ ਹੀ ਕਮ ਦੇਖੇ ਹਾਂ ਪੂਰੀ ਦੁਨੀਆ ਮੈਂ ਜਿਨ੍ਹਾਂਨੇ ਭਾਵੁਕਤਾ ਕੇ ਸਾਥ ਪੂਰੇ ਲੋਕੋਂ ਕੋ ਸਾਥ ਲੈ ਕੇ ਜਾ ਕੇ ਡਿਵੈਲਪਮੈਂਟ ਕਰਾਈ ਹੈ ਔਰ ਗੁਰਦਾਸਪੁਰ ਮੇਂ ਤੋ ਉਨਕਾ ਨਾਮ ਹਮ ਸੜਕੋਂ ਔਰ ਪੁਲੋਂ ਕੋ ਬਣਾਉਣ ਕੇ ਕਾਰਨ ਪੁਲੋਂ ਕਾ ਬਾਦਸ਼ਾਹ ਵੀ ਉਨਕੋ ਕਹਾ ਜਾਤਾ ਥਾ ਮੈਂ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਤਮਾਮ ਆਪਣੇ ਸਾਥੀਆਂ ਵੱਲੋਂ ਮਾਨੀ ਵਿਨੋਦ ਖੰਨਾ ਜੀ ਦੇ ਇਸ ਆਤਮਿਕ ਨਿਧਨ ਦੇ ਉੱਤੇ ਬਹੁਤ ਹੀ ਸ਼ੋਕ ਪ੍ਰਸਤਾਵ ਔਰ ਸ਼ਰਧਾਂਜਲੀ ਦੇ ਪੁਸ਼ਪ ਜਿਹੜੇ ਉਹਨਾਂ ਨੂੰ ਅਰਪਿਤ ਕਰਦਾ ਔਰ ਪ੍ਰਾਰਥਨਾ ਕਰਦਾ ਉਸ ਪਰਮ ਪਿਤਾ ਪਰਮਾਤਮਾ ਦੇ ਅੱਗੇ ਕਿ ਐਸੀ ਠੰਡੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੇ।